ਮੁਲਾਕਾਤ ਹੋਈਆਂ ਕਿਉਂਕਿ ਇਹ ਮੇਰਾ ਵਾਕਿਆ ਤੇ ਮੇਰਾ ਵਾਕਿਆ ਤੁਹਾਨੂੰ ਪਹਿਲੇ ਦੱਸ ਦਿੱਤਾ ਜੀ ਬੁੱਧ
مصیبت آئی آپ اللہ نے حکم دیتا ہے کہ فرما پریشان ہونے کی لوڑ کوئی نہیں مصیبت کی پہن کی لوڑ کوئی نہیں اگر نے مات عبادت کر رہے ہیں لیکن صرف تیری ذات میں دیکھ رہی ہے تیری ذات واسطے میں
ਇਬਾਦਤ ਕਰਨੇ ਆ ਸਿਰਫ ਤੇਰੀ ਜ਼ਾਤ ਵਾਸਤੇ ਹੋਰ ਕਿਸੇ ਨਹੀਂ ਤੇ ਖਲਾਵੇ ਵਾਸਤੇ ਨਹੀਂ ਨਹੀਂ ਤਾਂ ਕੱਲ ਅੱਲਾਹ ਆਖੇਗਾ ਅਗਰ ਇਹਨੇ ਮਾਲ ਬੁਲਾਉਣੇ ਵਾਸਤੇ ਬੜੇ ਸਿੱਧਾ ਸਵਾਲ ਦੇ ਗੁਰੂ ਬੁਲਾ ਗਿਆ ਲੇਕਿਨ ਸਾਡੇ ਥੀਕੇ ਜਨਾਬ ਇਹ ਕੌਣ ਇਹ ਜੀ ਪਹੁੰਚ ਗਈ ਸਰਕਾਰ ਇਬਾਦਤ ਕਰਨੀ ਹੈ ਤੇ ਕਿਸ ਦੀ ਕਰਨੀ ਹੈ ਅੱਲਾਹ ਦੀ ਹੀ ਇਬਾਦਤ ਕਰਨੀ ਇਹ ਤੇ ਮੱਕੇ ਦਾ ਮੁਸ਼ਰਕ ਤੇ ਕਾਫਰ ਕੀ ਆਖਦਾ ਸੀ ਕਿ ਇਬਾਦਤ ਅਸੀਂ ਅੱਲਾਹ ਦੀ ਕਰਨੀ ਹੈ ਇਖਤਲਾਫ ਇਸ ਚੀਜ਼ ਦੇ ਵਿੱਚ ਆਇਆ ਜਦੋਂ ਨਾਰਾ ਲੱਗਿਆ ਨਾ ਕਿ ਅੱਲਾਹ ਹੀ ਇਬਾਦਤ ਦੇ ਲਾਇਕ ਹੈ ਅੱਲਾਹ ਹੀ ਮੁਸ਼ਕਿਲ ਕੁਸ਼ਾ ਹੈ ਅੱਲਾਹ ਹੀ ਹਜਤ ਰਵਾ ਹੈ ਅੱਲਾਹ ਹੀ ਬੇਟੇ ਵਰਗਾ ਦੀਆਂ ਦੇਣੇ ਵਾਲਾ ਹੈ ਅੱਲਾਹ ਹੀ ਦੂਰ ਪਰ ਨਜ਼ਦੀਕ ਸੇ ਸੁਣਨੇ ਵਾਲਾ ਉਸ ਵਕਤ ਫਿਰ ਮੁਸ਼ਰਕ ਨੂੰ ਲੱਗ ਗਈ ਅੱਗ ਉਹਨਾਂ ਕਿਹਾ ਜਿਹੜੇ ਸਾਡੇ ਸਰਕਾਰ ਹਨ ਸਾਡੇ ਜਮਾ ਬਹਿਬੂਦ ਹਨ ਸਾਡੇ ਕਰਨੀਆਂ ਫਰਨੀਆਂ ਵਾਲੇ ਇਹ ਸ਼ੁਕਰ ਕਰੋ ਕਿ ਸਾਡਾ ਮੁਲਕ ਪਾਕਿਸਤਾਨ ਦਾ ਵਜ਼ੀਰ ਆਜ਼ਮ ਮੁਹਤਰਮ ਜਨਾਬ ਇਮਰਾਨ ਖਾਨ ਇਹ ਨਾਰਾ ਲਗਾਤੇ ਹੈ ਤਕਰੀਰ ਸੇ ਪਹਿਲੇ ਇਯਾਕ ਨਾਬੁਦੁ ਵਇਯਾਕ ਨਮਾਜ਼ ਪੜ੍ਹਿਆ ਕਰ ਲੇਕਿਨ ਤੂੰ ਤੇ ਮੈਂ ਕਾਫਿਲਾ ਪਤਾ ਹੀ ਕੋਈ ਨਹੀਂ ਕਿ
ਨਾ ਮੁਸੀਬਤ ਤੇ ਪਰੇਸ਼ਾਨੀ ਵਿੱਚ ਫਸ ਗਏ ਨਾ ਨਵੇਂ ਕਿਉਂ ਰਹਿਣ ਨਾ ਉਹ ਨਮਾਜ਼ ਕਰਾਂ ਹਰ ਬੰਦਾ ਕਹਿੰਦਾ ਚਲੋ ਜੀ ਕੁਰਾਨ ਦੀ ਤਿਲਾਵਤ ਕਰੋ ਉਹ ਹਜ਼ਾਰਾਂ ਸਾਲ ਗੁਜ਼ਰ ਗਏ ਕੁਰਾਨ ਬੰਦ ਪਿਆ ਕਿਸ ਨੂੰ ਖੋਲਣ ਦੀ ਤੋਫੀਕ ਕੋਈ ਨਹੀਂ ਉਹ ਕਿਤਾਬ ਬੰਦ ਪਈ ਹੋਈ ਹੈ ਕੁਰਾਨ ਮਜੀਦ ਜਨਾਬ ਦੇ ਉੱਤੇ ਰੱਖ ਦਿਓ ਫਿਰ ਤਾਂ ਸਾਡੇ ਦਾਦਾ ਜੀ ਨੇ ਵੀ ਆਪਣੀ ਕਿਤਾਬ ਉੱਤੇ ਰੱਖ ਦਿਓ ਚਾਚਾ ਜੀ ਵੀ ਕਹਿਣ ਉੱਤੇ ਰੱਖ ਦਿਓ ਪਿਓ ਜੀ ਕਹਿਣ ਉੱਤੇ ਰੱਖ ਦੇ ਬੇਟੀ ਥੱਲੇ ਬੇਦਬੀ ਹੁੰਦੀ ਜਨਾਬ ਥੱਲੇ ਕਿਤਾਬ ਨਹੀਂ ਰੱਖੀ ਪੈਰ ਇਸ ਪਾਸੇ ਉੱਤੇ ਹਜ਼ਾਰ ਨਹੀਂ ਆਇਆ ਤੈਨੂੰ ਕੁਰਾਨ ਉੱਤੇ ਰੱਖਦੇ ਹਾਂ ਬੱਚਿਆਂ ਦੀ ਨੌਵੀਂ ਦੀਆਂ ਕਿਤਾਬਾਂ ਥੱਲੇ ਪਈਆਂ ਦਸਵੀਂ ਦੀਆਂ ਕਿਤਾਬਾਂ ਪੜ੍ਹਦੇ ਪੜ੍ਹਦੇ ਸੌ ਗਏ ਯਕੀਨ ਕਰੋ ਕਿਤਾਬ ਕੁਰਾਨ ਬੰਦ ਪਈ ਹੈ ਲੇਕਿਨ ਕੋਈ ਨਾ ਹਜ਼ਾਰ ਕੋਈ ਨਹੀਂ ਆਇਆ ਕਿਸੇ ਨੂੰ ਖਿਆਲ ਕੋਈ ਨਹੀਂ ਆਇਆ ਉੱਤੋਂ ਨੌਵੀਂ ਤੇ ਦਸਵੀਂ ਦੇ ਜਦੋਂ ਪੇਪਰ ਸ਼ੁਰੂ ਹੋਏ ਹੁਣ ਜਨਾਬ ਇਸ ਦੌਰ ਦੇ ਅੰਦਰ ਹਰ ਬੱਚਾ ਕਿਤਾਬ ਲੈ ਕੇ ਬੈਠਾ ਦਸਵੀਂ ਤੇ ਨੌਵੀਂ ਦੀ ਤਿਆਰੀ ਕਰ ਰਿਹਾ ਕਿਸੇ ਨੂੰ ਕੁਰਾਨ ਖੋਲਣ ਦੀ ਤੋਫੀਕ ਕੋਈ ਨਹੀਂ ਹੋਈ ਕਿਸੇ ਨੂੰ ਜਨਾਬ ਮੁਹੰਮਦ ਅਰਬੀ ਦੀ ਜਨਾਬ ਅਸੀਂ ਹਦੀਸ ਪੜ੍ਹ ਲਈਏ ਬੀਕੀ ਆਖਦੀ ਪਈ ਕਿਸੇ ਨੂੰ ਤੋਫੀਕ ਕੋਈ ਨਹੀਂ ਅੱਲਾ ਦੀ ਜਲਾਲ ਮੈਂ ਜਾ ਕੇ ਆਖਿਆ ਜਾਊਂ ਨਵੀਆਂ ਮੈਂ ਦਾਖਲੇ ਬੰਦ ਹੋ ਗਏ ਤਾਰੀਆਂ ਕਿਤਾਬਾਂ ਬੰਦ ਹੋ ਗਈਆਂ ਜਨਾਬ ਪੇਪਰ ਬੰਦ ਹੋ ਗਏ ਹਰ ਚੀਜ਼ ਬੰਦ ਹੋ ਗਈ ਯਾਰਵੀਂ ਵਾਲੇ ਦਾਖਲੇ ਬੰਦ ਹੋ ਗਏ ਯਾਰਵੀਂ ਵਾਲੇ ਦੀਆਂ ਕਿਤਾਬਾਂ ਬੰਦ ਹੋ ਗਈਆਂ ਬਾਰਵੀਂ ਵਾਲੇ ਦੇ ਦਾਖਲੇ ਬੰਦ ਹੋ ਗਏ ਜਨਾਬ ਪੇਪਰ ਬੰਦ ਹੋ ਗਏ ਹਰ ਚੀਜ਼ ਬੰਦ ਹੋ ਗਈ ਅੱਛਾ ਮੇਰੀ ਕਿਤਾਬ ਛੋੜੀ ਮੇਰੇ ਮੁਹੰਮਦ ਅਰਬੀ ਦਾ ਤੁਸੀਂ ਦੀਨ ਛੱਡ ਗਏ ਇਹਨਾਂ ਨੇ ਇਹਨਾਂ ਦੀਆਂ ਕਿਤਾਬਾਂ ਪੜ੍ਹਨ ਸ਼ੁਰੂ ਹੋ ਗਏ ਹਾਂ ਹਾਂ ਪੜ੍ਹੋ 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 ਲੇਕਿਨ ਇਹ ਨਹੀਂ ਆਖਿਆ ਕਿ ਇਹਨੂੰ ਪੜ੍ਹਨਾ ਸ਼ੁਰੂ ਕਰ ਦਿਓ ਹਾਂ ਆਖਿਆ ਪੜ੍ਹੋ ਇਹ ਨਹੀਂ ਆਖਿਆ ਕਿ ਯਾਰ ਇਹਨੂੰ ਤੁਸੀਂ ਸਾਰੇ ਢਾਕ ਲਵੋ ਫਰਮਾ ਕਿ ਨਹੀਂ ਮਜਬੂਰੀ ਸਮਝ ਕੇ ਪੜ੍ਹ ਲਿਆ ਕਰੋ ਹੁਨਰ ਸਮਝ ਕੇ ਪੜ੍ਹ ਲਿਆ ਕਰੋ ਤਲੀਮ ਤੇ ਅਸਰ ਮੁਹੰਮਦ ਰਸੂਲullah ਦਾ ਨਹੀਂ ਹੈ ਲੇਕਿਨ ਅੱਜ ਜਨਾਬ ਪੀਰ ਸਾਹਿਬ ਹੀ ਆਖਦੇ ਨੇ ਕਿ ਮੇਰਾ ਬੇਟਾ ਐਮਏ ਦੀ ਡਿਗਰੀ ਲੈ ਕੇ ਆਵੇ ਕੀ ਕਰੀਏ ਗੱਲਾਂ ਸੱਚੀਆਂ ਨੇ ਗੱਲਾਂ ਸੱਚੀਆਂ ਜਨਾਬ ਮੌਲਵੀ ਸਾਹਿਬ ਕਿਸੇ ਦਾ ਤਬਲਾ ਕਰ ਮੇਰਾ ਬੇਟਾ ਪੁਲਿਸ ਵਿੱਚ ਭਰਤੀ ਹੋ ਜਾਏ ਮੇਰਾ ਬੇਟਾ ਜਨਾਬ ਵਕੀਲ ਬਣ ਜਾਏ ਸਾਹਿਬਾਂ ਦਾ ਵਕੀਲ ਨਹੀਂ ਬਣਾਇਆ ਦੁਨੀਆਂ ਦਾ ਵਕੀਲ ਬਣਾ ਰਿਹਾ ਹੈ ਅੱਲਾ ਕੇ ਅੱਛਾ ਜਿਸ ਟਾਈਮ ਤੂੰ ਮੇਰੇ ਦੀਨ ਕੋਲੋਂ ਦੂਰ ਹੋਇਆ ਜਿਸ ਟਾਈਮ ਤੂੰ ਮੇਰੇ ਦੀਨ ਨੂੰ ਤੂੰ ਐਵੇਂ ਸਮਝ ਲਿਆ ਅੱਲਾ ਆਖਿਆ ਹੁਣ ਤੇਰੀ ਵੀ ਇੱਜ਼ਤ ਕੋਈ ਨਹੀਂ ਹੈ ਬੰਦਿਆਂ ਵੱਲ ਤੱਕਿਆ ਕਰ ਕਦੇ ਕਿਸੇ ਦੀ ਜੇਬ ਤੇ ਨਜ਼ਰ ਰੱਖਿਆ ਕਰ ਇਹ ਬੰਦਾ ਹਜ਼ਾਰ ਰੁਪਏ ਦੇਵੇਗਾ ਤੇ ਅਗਲਾ ਕੰਮ ਕਰਾਂਗਾ ਇਹ ਬੰਦਾ ਇੰਨਾ ਹਜ਼ਾਰ ਦੇਵੇਗਾ ਤੇ ਫਿਰ ਕੰਮ ਕਰਾਂਗਾ ਫਰਮਾਇਆ ਜਿਸ ਟਾਈਮ ਤੇਰੀ ਨਜ਼ਰ ਲੋਕਾਂ ਦੀਆਂ ਜੇਬਾਂ ਤੇ ਪੈ ਗਈ ਹੈ ਤੇ ਤੂੰ ਦੀਨ ਦਾ ਦਾਈ ਸੀ ਹੈ ਤੇ ਤੂੰ ਦੀਨ ਦੇ ਉੱਤੇ ਚੱਲਣ ਵਾਲਾ ਸੀ ਹੈ ਤੇ ਕੁਰਾਨ ਔਰ ਸੁਨਨਤ ਨੂੰ ਮੰਨਣ ਵਾਲਾ ਸੀ ਲੇਕਿਨ ਜਿਸ ਟਾਈਮ ਤੇਰੀ ਨਜ਼ਰ ਦੁਨੀਆਂ ਤੇ ਪੈ ਗਈ ਅੱਲਾ ਕਿਉਂ ਦੁਨੀਆਂ ਦਾ ਰਹਿ ਜਾ ਮੇਰੀ ਲੋੜ ਕੋਈ ਨਹੀਂ ਨਾ ਮੈਂ ਤੇਰੇ ਜੋਗਾ ਨਾ ਤੂੰ ਮੇਰੇ ਜੋਗਾ ਅੱਜ ਇਮਾਮ ਨਾਲ ਦੱਸ ਯਾਰ ਤੁਸੀਂ ਇਸ ਦੁਨੀਆਂ ਦੇ ਅੰਦਰ ਰਹਿਣਾ ਹੈ ਤੁਸੀਂ ਇਸ ਦੌਰ ਦੇ ਅੰਦਰ ਗੁਜ਼ਾਰਾ ਕਰ ਰਹਿਣਾ ਯਾਰ ਸੌ ਵਿੱਚੋਂ 98% ਮੌਲਵੀਆਂ ਦੇ ਪੀਰਾਂ ਦਾ ਕਾਰੋਬਾਰ ਪੈਸੇ ਤੇ ਚੱਲ ਰਹੇ ਹੈ ਹਰ ਬੰਦਾ ਕਹਿੰਦਾ ਜਨਾਬ ਮੇਰਾ ਬਿਜ਼ਨਸ ਵੱਡਾ ਹੋ ਜਾਏ ਹਰ ਬੰਦਾ ਕਹਿੰਦਾ ਜਨਾਬ ਮੇਰੀ ਖੇਤੀਬਾੜੀ ਵੱਡੀ ਹੋ ਜਾਏ ਪੀਰ ਤੇ ਮੁਰੀਦ ਰੱਖੇ ਹੋਏ ਨੇ ਯਾਰ ਮੁਰੀਦ ਤੇ ਠੇਕਾ ਲੱਗਵੇ ਆ ਮਹੀਨੇ ਦਾ 3000 ਤੋਂ ਦੇਣਾ ਅਗਰ ਬਖਸ਼ਿਸ਼ ਕਰਵਾਉਣੀ ਹਾਂ ਹਾਂ ਨਮਾਜ਼ ਨਾ ਪੜ੍ਹਿਆ ਕਰ ਹਾਂ ਹਾਂ ਸਕਾ ਸਦਕਾ ਖਰਾਬ ਨਾ ਦਿਆ ਕਰ ਕਿਉਂਕਿ ਸਦਕਿਆਂ ਵਾਸਤੇ ਮੈਂ ਜੋ ਹੋ ਗਿਆ ਵਾਂ ਜਨਾਬ ਖਰਾਬ ਵਾਸਤੇ ਮੈਂ ਜੋ ਹੋਇਆ ਜਹੰਮ ਦਾ ਤੁੰਬਾ ਪੜ੍ਹਦਾ ਪਿਆ ਜੰਨਤ ਵਾਲਾ ਰਸਤਾ ਕੋਈ ਨਹੀਂ ਦੱਸਿਆ ਮੁਹੰਮਦ ਅਰਬੀ ਵਾਲਾ ਰਸਤਾ ਕੋਈ ਨਹੀਂ ਦਿੱਤਾ ਤੂੰ ਤੇ ਮੈਂ ਭੋਲੀ ਭਾਲੀ ਕੌਮ ਅਰਬੀ ਪੜ੍ਹ ਲਈ ਤੇ ਜਨਾਬ ਚੁੰਮਣ ਸ਼ੁਰੂ ਹੋ ਗਏ ਇਹ ਨਹੀਂ ਪਤਾ ਕਿ ਅਰਬੀ ਵਿੱਚ ਕੀ ਲਿਖਿਆ ਹੋਇਆ ਯਾਰ ਚੁੰਮਣਾ ਸ਼ੁਰੂ ਕਰ ਦਿੱਤਾ ਹੈ ਇਹ ਤੇ ਵੇਖ ਮੁਹੰਮਦ ਅਰਬੀ ਦਾ ਕਲਾਮ ਹੈ ਕਿ ਨਹੀਂ ਹੈ ਇਹ ਯਾਰ ਵੇਖ ਕਿਸੇ ਹੀ ਖੁਦਾ ਦੀ ਲੜਾ ਕਿਤਾਬ ਦਾ ਕਲਾਮ ਹੈ ਕਿ ਨਹੀਂ ਹੈ ਲੇਕਿਨ ਸੁੱਤੇ ਪੈ ਰਹਿ ਗਏ ਹਾਂ ਕੋਈ ਅਸੀਂ ਵੇਖਿਆ ਕੋਈ ਨਹੀਂ ਕੋਈ ਗੌਰ ਫਿਕਰ ਕੋਈ ਨਹੀਂ ਕੀਤਾ ਅੱਜ ਜਿਸ ਟਾਈਮ ਮੁਸੀਬਤ ਆ ਗਈ ਵੱਡੇ ਤੋਂ ਵੱਡਾ ਜਿਹੜਾ ਆਪਣੇ ਆਪ ਨੂੰ ਕਹਿੰਦਾ ਸੀ ਮੈਂ ਐਟਮ ਬੰਬ ਆ ਮੈਂ ਕਲੈਸ਼ਨ ਕੋਫ ਆ ਅੱਲਾ ਨੇ ਸਾਰੀਆਂ ਕਲੈਸ਼ਨ ਕੋਫ ਮੋੜ ਕੇ ਪਿੱਛੇ ਕਰ ਦਿੱਤੀਆਂ ਫਿਰ ਮੈਂ ਕਲੈਸ਼ਨ ਕੋਫ ਇੱਕੀ ਜੱਲੇਗੀ ਮੁਹੰਮਦ ਅਰਬੀ ਦੀ ਤਾਲੀਮ ਤੋਂ ਲੈ ਸੁਭਾਨ ਅੱਲਾਹ ਫਰਮਾ ਇਸ ਤੋਂ ਬਗੈਰ ਕੋਈ ਹੋਰ ਤਾਲੀਮ ਨਹੀਂ ਚੱਲ ਸਕਦੀ ਓ ਯਾਰ ਅੱਜ ਦੁਨੀਆਂ ਦਾ ਵੱਡਾ ਆਪਣੇ ਆਪ ਨੂੰ ਸੁਪਰ ਪਾਵਰ ਕਲਾਮ ਵਾਲਾ ਜਦੋਂ ਬੈਠਦਾ ਨਾ ਅਸੈਂਬਲੀ ਦੇ ਅੰਦਰ ਕਹਿੰਦਾ ਯਾਰ ਮੁਸਲਮਾਨਾਂ ਦੀ ਕਿਤਾਬ ਸੱਚੀ ਜੇ ਅਸੀਂ ਝੂਠੇ ਰਹਿ ਗਏ ਆ ਯਾਰ ਮੁਸਲਮਾਨਾਂ ਦਾ ਦੀਨ ਸੱਚਾ ਜੇ ਅਸੀਂ ਝੂਠੇ ਰਹਿ ਗਏ ਆ ਤੇ ਫਿਰ ਮੈਂ ਕਿਉਂ ਨਾ ਕਹਾਂ ਮੇਰਾ ਮਜ਼ਹਬ ਇਸਲਾਮ ਇਤਨਾ ਖਰਾ ਹੈ ਮੇਰਾ ਮਜ਼ਹਬ ਇਸਲਾਮ ਇਤਨਾ ਸਾਫ਼ ਹੈ ਕਿ ਸਿਰ ਦੇ ਵਾਲ ਤੋਂ ਲੈ ਕੇ ਪਾਉਂ ਦੇ ਨਾਖੂਨ ਤੱਕ ਦੀਨ ਦਾ ਤਰੀਕਾ ਦੱਸ ਦਿੱਤਾ ਹੈ ਇਤਨੀ ਸਫਾਈ ਕਿਸੇ ਮਜ਼ਹਬ ਦੇ ਅੰਦਰ ਕੋਈ ਨਹੀਂ ਜੇ ਕਿਸੇ ਹੋਰ ਮਜ਼ਹਬ ਦੇ ਅੰਦਰ ਕੋਈ ਨਹੀਂ ਜੇ ਜਿਤਨੀ ਸਫਾਈ ਮਜ਼ਹਬ ਇਸਲਾਮ ਦੇ ਅੰਦਰ ਆਈ ਜੇ ਅੱਜ ਹਰ ਬੰਦਾ ਕਹਿ ਰਿਹਾ ਜਨਾਬ ਟੀਵੀ ਚੈਨਲ ਤੇ ਬਹਿ ਕੇ ਹੱਥ ਕੋ ਬਰਬਰ ਹੋਏ ਜਨਾਬ ਚਿਹਰੇ ਕੋ ਬਰਬਰ
چہرے کو ڈھانک کے جناب یہ تو میرے محبوب پیغمبر نے آج سے 1500 سال پہلے کہہ دیا تھا کہ اپنے اندر صفائی رکھو. التطہور شطر الایمان, صفائی اتنا آواز بھی نہیں آئی, صفائی نصف ایمان ہے. آج جناب انگریزا کا قانون بنے نا, اس نے کہا جناب آج جو عادتوں کو دیکھے صفائی آئے گی نا, نہیں ہاتھ دھو رہے ہیں جناب, تسی بھی جا کے پھر ہاتھ بار بار دھو. جناب جی جی ٹی وی کے اندر دے بتا بار بار کہہ رہے تھے ہاتھ دھو, لیکن محمد عربی کی تعلیم اس وقت نہیں تجھے یاد آئی. آج جتنا مرضی ہاتھ دھو لے لیکن اندر کا جراثیم جب تک ختم نہیں کرے گا اس وقت تک بات اپنی منتا منگیا کر, وہ کسی ہو دے نہ دیا دے کا نہ دیتی ہے
باقی تو ملاقات باقی